ਸ਼ਹਿਜ਼ਾਦਾ ਸਲੀਮ ਸਾਹਿਬ ਵੱਲੋਂ 500 ਰੁਪਏ ਦਾ ਰਾਣਾ ਆਤੀ ਚੱਲ ਪਾਕਿਸਤਾਨ ਆਰਮੀ ਦੇ ਨਾਲ ਤਲਕ ਆ ਕਹਿੰਦੇ ਮੇਰੇ ਢੋਲ ਸਪਾਹੀਆ ਤੈਨੂੰ ਰੱਬ ਦੀਆਂ ਰੱਖਾਂ ਜਿਹੜੇ ਰਾਹਾਂ ਤੋਂ ਆਵੇ ਜਿਹੜੇ ਰਾਹਾਂ ਤੋਂ ਜਾਵੇ ਉਹਨਾਂ ਰਾਹਾਂ ਦੀ ਮਿੱਟੀ ਨੂੰ ਚੁੰਮਣ ਮੇਰੀਆਂ ਅੱਖਾਂ ਦੋ ਨੰਬਰ ਤੋਂ ਲੱਗਿਆ ਹੈ ਮਲਕ ਰਾਸ਼ਦ ਲੇਕਿਨ ਪੁਆਇੰਟ ਹੋ ਚੁੱਕਿਆ ਉਸ ਵੇਲੇ ਰਾਣੇ ਆਤੀ ਦਾ ਪੁਆਇੰਟ ਰਾਣੇ ਆਤੀ ਦੇ ਖਾਤੇ 'ਚ ਜਾਂ ਵੀ ਸਾਡੇ ਇਸ ਇਲਾਕੇ ਦਾ ਮਾਣ ਤਰਾਣ ਸ਼ਹਿਰਾਮ ਸਾਜਦ ਪੱਟੋ ਐਸ ਐਨ ਜੀ ਐਲ ਪੀ ਦੀ ਟੀਮ ਦੇ ਨਾਲ ਤਲਕ ਆ ਸ਼ਹਿਰਾਮ ਸਾਜਦ ਪੱਟੋ ਚੱਲ ਜਵਾਨਾ ਹੈ ਇਕਰਾਰ ਸੰਘੇੜੇ ਦੇ ਨਾਲ ਹੋਈ ਟੱਕਰ ਹਏ ਮਾਰੋ ਤਾੜੀਆਂ ਕਹਿੰਦੇ ਮੈਂ ਲੱਡੂ ਵੰਡ ਦੀ ਕਚਹਿਰੀਓਂ ਆਵਾਂ ਜੇ ਪਹਿਲੀ ਪੇਸ਼ੀ ਯਾਰ ਛੁੱਟ ਜਾਏ ਹਏ ਸ਼ਹਿਰਾਮ ਸਾਜਦ ਪੱਟੋ ਦਾ ਪਹਿਲਾ ਪੁਆਇੰਟ ਬਲਾਲ ਮੋਸਿਨ ਢਿੱਲੋਂ ਕਹਿੰਦੇ ਬਲਾਲ ਮੋਸਿਨ ਢਿੱਲੋਂ ਪੰਜਾਬ ਦਾ ਮਾਣ ਸੋਹਣਾ ਜਿਹਨੂੰ ਵੇਖਿਆ ਸੀਨਾ ਠਰ ਜਾਂਦਾ ਚੱਲ ਬਲਾਲ ਮੋਸਿਨ ਢਿੱਲੋਂ ਦੀ ਪਈ ਹੋਈ ਕਬੱਡੀ ਚਾਰ ਜਾਪੀਆਂ ਦੀ ਬਣੀ ਸੰਗਲੀ ਮਤਲੂ ਵਾਲੀ ਮਤਲੂਬੇ ਨੇ ਹਲਕੇ ਜਿਹਾ ਚੁੱਕ ਕੇ ਫੜਨ ਦੀ ਕੋਸ਼ਿਸ਼ ਕੀਤੀ ਸੀ ਕਹਿੰਦੇ ਨਹੀਂ ਉਹ ਲੱਭਣਾ ਲਾਲ ਗਵਾਚਾ ਮਿੱਟੀ ਨਾ ਫਰੋਲ ਜੋਗੀ ਆ ਨਹੀਂ ਉਹ ਲੱਭਣਾ ਲਾਲ ਗਵਾਚਾ ਚੱਲ ਮੁਹੰਮਦ ਵਕਾਸ ਭੱਟ ਟਾਈਗਰ ਆਫ ਏਸ਼ੀਆ ਲੈ ਵੀ ਜਿਹਨੂੰ ਵਿਕਾਸ ਭੱਟ ਦੀ ਕੌਡੀ ਪਸੰਦ ਆ ਇੱਕ ਵਾਰੀ ਤਾੜੀ ਮਾਰ ਕੇ ਦੱਸੋ ਮੁਸ਼ਰਫ ਜਵੈ ਜੰਜੂਆ ਦੁਨੀਆ ਕਬੱਡੀ ਦਾ ਖਤਰਨਾਕ ਤਰੀਨ ਜਾਫੀ ਕਹਿੰਦੇ ਇੱਕ ਸ਼ਰਫੀ ਬਾਠਾਂ ਦਾ ਲਾਲਾ ਜੱਫਾ ਗਰਮੀ ਖਾ ਕੇ ਸਿੰਘ ਫਸਣੇ ਕੁੰਡੀਆਂ ਦੇ ਤੂੰ ਬਹਿ ਜਾ ਮਿੱਤਰਾ ਗੋਡੀ ਲਾ ਕੇ ਜੀਓ ਜਾਨਾ ਜੀ ਬਗਲਾ ਭਰੀਆਂ ਗਈਆਂ ਹਾਏ 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 ਗੋਲਡਨ ਜੀ ਬਹੁਤ ਅੱਛਾ ਮੁਕਾਬਲਾ ਆਇਆ ਜੀ ਮੁਸ਼ਰਫ ਜਵੈ ਜੰਜੂਆ ਨੇ ਜੱਫਾ ਲਾਉਣ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਪੁਆਇੰਟ ਬਾਬਾ ਮੋਤੀ ਵਾਲੀ ਸਰਕਾਰ ਦੇ ਮੇਲੇ ਦੇ ਉੱਤੇ ਕਹਿੰਦੇ ਪਹਿਲਾ ਪੁਆਇੰਟ ਹੋਇਆ ਜੀ ਆ ਜਵਾਨਾ ਜੀ ਕਹਿੰਦੇ ਮੈਚ ਕਬੱਡੀ ਦਾ ਅੱਜ ਹੋਣਾ ਚੱਲ ਜਵਾਨਾ ਸਾਧ ਉੱਲਾ ਜੱਟ ਕਹਿੰਦੇ ਪੋਤੀ ਜੱਟ ਦਾ ਤੇ ਜਾਂਦਾ ਹੀ ਮੈਦਾਨਾਂ ਵਿੱਚ ਧੂੜਾ ਪੱਟਦਾ ਸਾਧ ਉੱਲਾ ਜੱਟ ਦੀ ਪਈ ਹੋਈ ਕਬੱਡੀ ਜੀ ਆ ਜਵਾਨਾ ਜੀ ਵੇਖੋ ਪਹਿਲੇ ਨਾਲ ਹੁੰਦਾ ਟੱਚ ਹਲਕਾ ਜਿਹਾ ਚੁੱਕਿਆ ਸ਼ਬਾਜ ਹਿੱਲੇ ਨੇ ਕੈਂਚੀ ਮਾਰਨ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਕਾਮਯਾਬ ਨਹੀਂ ਹੋ ਸਕਿਆ ਪੁਆਇੰਟ ਗੋਲਡਨ ਜੀ ਸਾਡੇ ਅੱਜ ਦੇ ਮੁੱਖ ਮਹਿਮਾਨ ਚੜ੍ਹਦੀ ਕਲਾ ਸੁੱਚੀ ਤੇ ਉੱਚੀ ਤਕਰੀਬ ਦੇ ਉਚੇਚੇ ਪ੍ਰਾਹੁਣੇ ਮੋਹਤਰਮ ਜਨਾਬ ਸੈਯਦ ਬਸ਼ੀਰ ਸ਼ਾਹ ਸਾਹਿਬ ਪੱਗ ਸ਼ਿਮਲੇ ਵਾਲੀ ਇਹ ਪੱਗਾਂ ਸ਼ਿਮਲੇ ਵਾਲੀਆਂ ਇਹ ਪਰਿਆ ਪ੍ਰਧਾਨ ਇਹ ਪੁੱਤਰ ਧਰਤੀ ਮਾਂ ਦੇ ਜਿਹਨਾਂ ਕਦੀ ਨਾ ਤੋੜੇ ਮਾਣ ਯਾਰਾਂ ਤੋਂ ਸਿਰ ਨੂੰ ਵਾਰਦਾ ਤੇ ਵੀਰਾਂ ਤੋਂ ਵਾਰਦੀ ਜਾਨ ਮੋਹਤਰਮ ਜਨਾਬ ਸੈਯਦ ਬਸ਼ੀਰ ਸ਼ਾਹ ਸਾਹਿਬ ਇਲਾਕੇ ਦੀ ਸਿਆਸੀ ਸਮਾਜੀ ਸ਼ਖਸੀਅਤ ਚੱਲ ਜਾਂਦਾ ਗੋਲਡਨ ਮਤੂ ਵਾਲੀ ਮਤੂ ਪਹਿਲੇ ਫੜਿਆ ਹੋਇਆ ਗੁੱਟ ਹਾਏ 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 ਪੁਆਇੰਟ ਰੇਡਰ ਦਾ ਜੀ ਆਏ ਫਰਾਸ ਚੀਮਾ ਜੀ ਆਏ ਫਰਾਸ ਚੀਮਾ ਟੱਚ ਮਾਰਿਆ ਹਲਕਾ ਜਿਹਾ ਕੋਲਰ ਦਾ ਟੱਚ ਮਾਰਿਆ ਪੁਆਇੰਟ ਲੈਣ ਦੇ ਵਿੱਚ ਕਾਮਯਾਬ ਹੋ ਗਿਆ ਚੱਲ ਰਾਣਾ ਆਤੀ ਰਾਣਾ ਆਤੀ ਦੀ ਪਈ ਹੋਈ ਰੇਡ ਚਾਰ ਜਾਪੀ ਰਾਸ਼ਦ ਮਲਕ ਨਵਾਸ ਮਾਜੂ ਸ਼ਬਾਸ ਈਲਾ ਔਰ ਨਹੀਂ ਬੱਟ ਜਿਹੜੇ ਆ ਚੀਨ ਦੀ ਦੀਵਾਰ ਬਣਾ ਕੇ ਖੜੇ ਆ ਨਹੀਂ ਜਾਂ ਬੱਟ ਹਲਕਾ ਕਹਿ ਹਲਕਾ ਜਿਹਾ ਚੁੱਕਿਆ ਗੁੱਥਮ ਗੁੱਥਾ ਹੋ ਗਏ ਦੋਨੋਂ ਤੇ ਵੱਜ ਗਿਆ ਲਲਕਾਰਾ ਹੁਣ ਤਾਂ ਨੰਬਰ ਉਹਨੇ ਖੜਨਾ ਜਿਹੜਾ ਹੋ ਜਾਣ ਵਿੱਚ ਭਾਰਾ ਪੁਆਇੰਟ ਜਨਾਬ ਮੁੱਖ ਮਹਿਮਾਨ ਸਟੇਜ ਦੀ ਜ਼ੀਨਤ ਨੇ ਗੋਲਡਨ ਜੀ ਚੱਲ ਜਵਾਨਾ ਸ਼ਹਿਰਾਮ ਸਾਜਦ ਪੱਟੋ ਇੱਕ ਵਾਰੀ ਫਿਰ ਕਹਿੰਦੇ ਜੀ ਹੋਵੇ ਕਬੱਡੀ ਖੇਡਣੀ ਚਾਹੀਦੀ ਕੌਲਿਆਂ ਦੇ ਵਿੱਚ ਜਾਨ ਆਂਸ਼ ਖਿਲਾੜੀ ਸ਼ੂਕ ਦੇ ਜਿਵੇਂ ਸਾਗਰਾਂ ਦੇ ਵਿੱਚ ਤੂਫਾਨ ਕੱਲੇ ਨੂੰ ਕੱਲਾ ਜਦੋਂ ਟੱਕਰੇ ਭੱਖਦਾ ਫੇਰ ਮੈਦਾਨ ਬਲਾਲ ਜੀ ਬਲਾਲ ਮੋਸਨ ਢਿੱਲੋਂ ਅੱਜ ਵੇਖ ਬਾਬਾ ਮੋਤੀ ਵਾਲੀ ਸਰਕਾਰ ਰਹਿਮਤ ਬਲਾਲ ਦਾ ਫੈਸ ਕਿਵੇਂ ਠਾਠਾ ਮਾਰਦਾ ਅੱਜ ਮਾਰਦਾ ਹੋਇਆ ਠਾਠਾ ਮਾਰਦਾ ਹੋਇਆ ਫੈਸ ਬਾਬਾ ਮੋਤੀ ਵਾਲੀ ਸਰਕਾਰ ਰਹਿਮਤ ਬਲਾਲ ਦੋ ਨੰਬਰ ਤੋਂ ਲੱਗਾ ਸ਼ਬਾਸ ਈਲਾ ਆਏ ਹਾਏ ਫੜਨੇ ਦੀ ਕੋਸ਼ਿਸ਼ ਕੀਤੀ ਗੁੱਟ ਫੜਿਆ ਫਿਰ ਖੁੱਚ ਪੱਟੀ ਸ਼ਬਾਸ ਈਲਾ ਤੇ ਬਲਾਲ ਮੋਸਨ ਢਿੱਲੋਂ ਦੋ ਨੰਬਰ ਤੋਂ ਪਕੜਨੇ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਓਏ ਉੱਠ ਫਰੀਦਾ ਸੁੱਤਿਆ ਤੇਰੀ ਦਾੜੀ ਆਇਆ ਦੂਰ ਅੱਗਾ ਆ ਗਿਆ ਨੇੜੇ ਤੇ ਪਿੱਛਾ ਰਹਿ ਗਿਆ ਦੂਰ ਗੋਲਡਨ ਜਨਾਬ ਮੁਬਾਰਕ ਹੋਵੇ ਗੋਲਡਨ ਬਹੁਤ ਹੀ ਅੱਛਾ ਪੁਆਇੰਟ ਲੈਣ ਦੇ ਵਿੱਚ ਕੰਮ ਹੋਇਆ ਜਾਬਰ ਕੰਬੋ ਚੱਲ ਜਾਬਰ ਕੰਬੋ ਕਹਿੰਦੇ ਕੁੱਕੜ ਕਾਂ ਕੰਬੋ ਕਬੀਲਾ ਪਾਲ ਦੇ ਚੱਲ ਜਾਬਰ ਕੰਬੋ ਦੀ ਪਈ ਹੋਈ ਰੇਡ ਖੁੱਚ ਪੱਟੀ ਆ ਦੋ ਨੰਬਰ ਤੋਂ ਨੌਜਵਾਨ ਨੇ ਆਸਫ ਮੋਲਾ ਲੱਗਾ ਹੋਇਆ ਲੇਕਿਨ ਪੁਆਇੰਟ ਲੈਣ ਦੇ ਵਿੱਚ ਹੋ ਗਿਆ ਕਾਮਯਾਬ ਜਾਬਰ ਕੰਬੋ ਜੀ ਸਾਡਾ ਮੈਚ ਲਾਈਵ ਦਿਖਾ ਹੋਇਆ ਜਾ ਰਿਹਾ ਯਾਰ ਆ ਜਿਹੜੇ ਸਾਹਮਣੇ ਬੰਦੇ ਆ ਨਾ ਇਹ ਮਿਹਰਬਾਨੀ ਕਰ ਕੋ ਜਿਹੜੇ ਕੈਮਰੇ ਸ਼ੈਮਰੇ ਲੈ ਕੇ ਆ ਇੱਕ ਸਾਈਡ ਤੋਂ ਹੋ ਕੇ ਜ਼ਰਾ ਮੂਵੀ ਬਣਾਓ ਪਿੱਛੇ ਸਟੇਜ ਤੇ ਬੰਦਿਆਂ ਨੂੰ ਨਜ਼ਰ ਨਹੀਂ ਆਉਂਦਾ ਚੱਲ ਸਾਧੂ ਦਾ ਜੱਟ ਤੇ ਰਾਸ਼ਦ ਮਲਿਕ ਮੈਂ ਅੱਗੇ ਵੀ ਕਿਹਾ
ਕੱਪੜੀਆਂ ਬੰਦੇ ਬਾਹਰ ਆ ਜਾਓ ਜਦੋਂ ਰੌਲਾ ਪੈਂਦਾ ਹਮੇਸ਼ਾ ਕੱਚੇ ਕੱਪੜੀਆਂ ਬੰਦਿਆਂ ਤੋਂ ਪੈਂਦਾ ਜਨਾਬ ਬਸ਼ੀਰ ਸ਼ਾਹ ਸਾਹਿਬ ਕਹਿੰਦੇ ਰੰਡੀ ਵਸ ਲੈਂਦੀ ਆ ਮਸਕੰਡੇ ਨਹੀਂ ਵਸਣ ਦਿੰਦੇ ਜੀ ਹਮੇਸ਼ਾ ਜਦੋਂ ਰੌਲਾ ਪੈਂਦਾ ਚਿੱਟ ਕੱਪੜੀਆਂ ਬੰਦਿਆਂ ਤੋਂ ਪੈਂਦਾ ਮਿਹਰਬਾਨੀ ਕਰਕੇ ਬਾਹਰ ਆ ਜਾਓ ਜੀ ਵੈਲਡਨ ਜੀ ਵਕਾਸ ਬੱਟ ਜੀਓ ਜਵਾਨ ਚੱਲ ਵੇਖੀ ਪੱਟੀ ਵੈਲਡਨ ਚੱਲ ਅੰਬਾ ਨੌਜਵਾਨ ਜੀਓ ਜਵਾਨ ਜੀ ਆਏ ਕੌਡੀ ਖੇਡਣ ਉਹ ਬਈ ਜਿਹਨਾਂ ਰੱਜ ਖਾਧੇ ਛੰਨੇ ਦੇਸੀ ਘਿਓ ਦੀਆਂ ਚੂਰੀਆਂ ਦੇ ਆਤਫ ਉਹਨਾਂ ਦਾ ਜੱਗ ਤੇ ਛੋੜ ਕਿਹੜਾ ਚੁੱਕੇ ਦੁੱਧ ਜਿਹਨਾਂ ਮੱਝਾਂ ਬੂਰੀਆਂ ਦੇ ਮਕਲੂਬ ਅਲੀ ਨੇ ਪਕੜਨ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਕਾਮਯਾਬ ਨਹੀਂ ਹੋ ਸਕਿਆ ਪੁਆਇੰਟ ਲੈਣ ਦੇ ਵਿੱਚ ਵੇਦੀ ਪੱਟੀ ਇੱਕ ਦਫ਼ਾ ਆਪਣੀ ਟੀਮ ਦੇ ਖਾਤੇ ਜੋੜਿਆ ਫਰਾਸ ਚੀਮਾ ਜੀਓ ਜਵਾਨਾ ਮਲਖਾ ਵਾਲਾ ਸਲਾਰ ਵਾਲੇ ਦੇ ਨਾਲ ਕਮਾਲਪੁਰ ਰੂੜੀ ਕਮਾਲਪੁਰ ਸਲਾਰ ਵਾਲੇ ਦੇ ਨਾਲ ਇਸ ਵਾਰ ਦਾ ਤਲਕ ਆ ਮੁਸ਼ਰਫ ਜੋ ਹੈ ਜੰਜੂਆ ਬਗਲਾ ਭਰੀਆ ਜੀ ਕਹਿੰਦੇ ਸੁਪਨੇ ਅੰਦਰ ਮੈਨੂੰ ਮਾਹੀ ਮਿਲਿਆ ਤੇ ਮੈਂ ਡਰ ਵਿੱਚ ਪਾ ਲਈ ਆ ਬਾਹਾਂ ਡਰ ਕੀ ਮਾਰੀ ਅੱਖ ਨਾ ਖੋਲਾ ਕਿਤੇ ਫੇਰ ਵਿਛੜ ਨਾ ਜਾਵਾਂ ਮੁਸ਼ਰਫ ਜੋ ਹੈ ਜੰਜੂਆ ਹਾਏ 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 ਪੁਆਇੰਟ ਫਰਾਸ ਚੀਮੇ ਦਾ ਜੀ ਪੁਆਇੰਟ ਫਰਾਸ ਚੀਮੇ ਦਾ ਹਾਂਜੀ ਤਾੜੀ ਇੱਕ ਵਾਰੀ ਅੱਠ ਅੱਠ ਪੁਆਇੰਟ ਬਰਾਬਰ ਚੌਧਰੀ ਸ਼ੌਕਤ ਜੱਟ ਸਾਹਿਬ ਹਾਂਜੀ ਉਹਨਾਂ ਨੇ ਗੱਲ ਕੌਣ ਕਰ ਲੈਣੀ ਅੱਛਾ ਜੀ ਵੈਲਡਨ ਜੀ ਜਨਾਬ ਚੌਧਰੀ ਸ਼ੌਕਤ ਜੱਟ ਟਰੈਕਟਰ ਵਾਲੇ ਉਹਨਾਂ ਦੇ ਵੈਲਕਮ ਜੀ ਕਬੱਡੀ ਦੇ ਗਰਾਊਂਡ ਨੂੰ ਤਿਆਰ ਕਰਨ 'ਚ ਅਹਿਮ ਕਿਰਦਾਰ ਅਦਾ ਕੀਤਾ ਚੱਲ ਜੀ ਚੌਧਰੀ ਸ਼ੌਕਤ ਜੱਟ ਸਾਹਿਬ ਤੁਹਾਡਾ ਸ਼ੁਕਰੀਆ ਵੈਲਕਮ ਜੀ ਚੱਲ ਵੇ ਸ਼ਹਿਰਾਮ ਸਾਜਦ ਭੱਟੋ ਪਾਕ ਮਾਰ ਟੱਚ ਡਬਲ ਟੱਚ ਕਹਿੰਦੇ ਕੋਈ ਮੁੱਲ ਨਹੀਂ ਪੈਂਦਾ ਕਾਰਤੂਸ ਚੱਲੇ ਦਾ ਖੇਡਾਂ ਵਿੱਚੋਂ ਖੇਡ ਕਬੱਡੀ ਪਰ ਜੱਫਾ ਇਕੱਲੇ ਇਕੱਲੇ ਦਾ ਜੱਫਾ ਇਕੱਲੇ ਇਕੱਲੇ ਦਾ ਚੱਲ ਜਾਣਾ ਬਾਬਾ ਮੋਤੀ ਵਾਲੀ ਸਰਕਾਰ ਦੇ ਉਰਸ ਤੇ ਸਜਿਆ ਹੋਇਆ ਮੇਲਾ ਜਿਹਨਾਂ ਬਾਬਾ ਅਲੀ ਅਕਬਰ ਸਾਹਿਬ ਕਹਿੰਦੇ ਚਾਹੁੰਦੇ ਬਿਲਾਲ ਮੋਸਨ ਢਿੱਲੋਂ ਜੀਓ ਜਵਾਨਾ ਜੀ ਬਿਲਾਲ ਮੋਸਨ ਢਿੱਲੋਂ ਬਾਸ ਤਰ੍ਹਾਂ ਖਿਲਾਰੀਆਂ ਹੋਈਆਂ ਬਾਹਾਂ ਚਾਰ ਜਾਫੀ ਸ਼ਬਾਜ਼ ਇਲਾ ਤੋਂ ਮਤਲੂਬ ਅਲੀ ਮਤਲੂਬੇ ਨੇ ਪਕੜਨ ਦੀ ਕੋਸ਼ਿਸ਼ ਨਹੀਂ ਸ਼ਬਾਜ਼ ਇਲੇ ਨੇ ਪਕੜਨ ਦੀ ਕੋਸ਼ਿਸ਼ ਕੀਤੀ ਸੀ ਕਹਿੰਦੇ ਜੀ ਬਾਬਾ ਅਲੀ ਅਕਬਰ ਸਰਕਾਰ ਜੀ ਕਹਿੰਦੇ ਦਰ ਮੁਰਸ਼ਦ ਦਾ ਛੱਡਦੇ ਜਿਹੜੇ ਉਹ ਰਹਿਣ ਸਦਾ ਦੇ ਰੋਗੀ ਜਿਹੜੀ ਬੱਕਰੀ ਜੁਣੋ ਵੇਚੀ ਉਹ ਹੋਈ ਬਘਿਆੜਾ ਜੋਗੀ ਆਏ ਨਾਮ ਫਕੀਰ ਜਿਨ੍ਹਾਂ ਦਾ ਬਾਹੂ ਤੇ ਕਬਰ ਜਿਨ੍ਹਾਂ ਦੀ ਜੀਵੇ ਹੂ ਚੱਲ ਵੀ ਇਰਫਾਨ ਪਕੜ ਕੇ ਲਿਆ ਕੇ ਆਇਆ ਨਾਮ ਬਾਬਾ ਅਲੀ ਅਕਬਰ ਸਰਕਾਰ ਰਹਿਮਤੁੱਲਾ ਅਲੈ ਵੈਲਡਨ ਜੀ ਬਾਬਾ ਅਹਿਮਦ ਅਲੀ ਸਰਕਾਰ ਰਹਿਮਤੁੱਲਾ ਅਲੈ ਦੇ ਗੱਦੀ ਨਸ਼ੀਨ ਮੁਹਤਰਮ ਜਨਾਬ ਬਾਬਾ ਅਲੀ ਅਕਬਰ ਸਾਹਿਬ ਜੀ ਵੈਲਡਨ ਜੀ ਹੌਸਲਾ ਅਫਜ਼ਾਈ ਦਾ ਸ਼ੁਕਰੀਆ ਚੱਲ ਜਾਣਾ ਆਇਆ ਸਾਦੁੱਲਾ ਜੱਟ ਪੋਤੀ ਜੱਟ ਦਾ ਤੇ ਜਾਂਦਾ ਹੀ ਗਰਾਊਂਡਾਂ ਵਿੱਚ ਧੂੜਾ ਪੜਦਾ ਜੀ ਚੱਲ ਸਾਦੁੱਲਾ ਜੱਟ ਜੀਓ ਜਵਾਨਾ ਜੀ ਪਈ ਹੋਈ ਕਬੱਡੀ ਆਏ ਹਲਕਾ ਜਿਹਾ ਚੁੱਕਿਆ ਨਹੀਂ ਬੱਟ ਤੇ ਸਾਦੁੱਲਾ ਗੁੱਟ ਫੜਿਆ ਭਰੇ ਗਿੱਧੇ ਵਿੱਚ ਫੜੀ ਜਿਸ ਮੇਰੀ ਬਾਂਹ ਹਜੇ ਤੱਕ ਕਰੇ ਸਾਂ ਸਾਂ ਦੱਸ ਭਾਬੀ ਇਹਨੀ ਮੁੰਡਾ ਕਿਹੜੇ ਪਿੰਡ ਦਾ ਜੀਓ ਜਵਾਨਾ ਜੀ ਵਕਾਸ ਮੁਹੰਮਦ ਵਕਾਸ ਬੱਟ ਇਸ ਵੇਲੇ ਪਾਕਿਸਤਾਨ ਦੀ ਤਾਰੀਖ ਇਸ ਚੀਜ਼ ਦੀ ਗਵਾਹ ਕਿ ਪੰਜ ਭਾਈ ਕਬੱਡੀ ਖੇਡਦੇ ਆ ਪੁੱਠੀ ਪਾਉਣ ਦੀ ਕੋਸ਼ਿਸ਼ ਕੀਤੀ ਆਏ ਹੋਏ ਹੈ ਜੀਓ ਗੁਜਰਾ ਕਹਿੰਦੀ ਰਾਹ ਡੱਕ ਕੇ ਖਲੋ ਗਿਆ ਮੇਰਾ ਨੀ ਭਾਬੀ ਸੋਹਣਾ ਮੁੰਡਾ ਗੁਜਰਾ ਦਾ ਆਏ ਹਾਏ 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 ਛੋਟੇ ਕਿਆਲੇ ਦਾ ਗੁਜਰ ਲੱਗਾ ਹੋਇਆ ਰਾਹ ਡੱਕ ਕੇ ਖਲੋ ਗਿਆ ਮੇਰਾ ਨੀ ਭਾਬੀ ਸੋਹਣਾ ਮੁੰਡਾ ਗੁਜਰਾ ਦਾ ਲੱਗਦਾ ਹੋਏ ਜੱਫੇ 30 ਸਕਿੰਟਾਂ ਦਾ ਸਮਾਂ ਬਸ਼ੀਰ ਸ਼ਾਹ ਸਾਹਿਬ ਕਹਿੰਦੇ ਐਨ ਇਸ਼ਕ ਦੀ ਰਾਹ ਬੜੀ ਔਖੀ ਹੈ ਜੇ ਅੱਲਾ ਇਸ਼ਕ ਨੂੰ ਇਹ ਤੌਫੀਕ ਬਖਸ਼ੀ ਚੜ ਨੇਜ਼ੇ ਤੇ ਕੁਰਾਨ ਸੁਣਾ ਦਿੰਦਾ ਅੱਥਰੂ ਇੱਕ ਜੇ ਨਿਕਲੇ ਇਸ਼ਕ ਅੰਦਰ ਸੋਹਣੇ ਰੱਬ ਦਾ ਅਰਸ਼ ਹਿਲਾ ਦਿੰਦਾ ਵਹੀਰ ਪੱਟੀ ਨਵਾਸ ਮਾਜੂ ਆਪਣੇ ਸਾਹਮਣੇ ਹੋ ਗਏ ਨਵਾਸ ਮਾਜੂ ਆਏ ਹੈ ਲੱਕ ਫੜਿਆ ਗਿਆ ਕੈਂਚੀ ਪਈ ਹੋਈ ਆਏ ਲੱਕ ਟੁੱਟ ਜੂ ਚਲੀ ਦਾ ਟਾਂਡਾ ਘੁੱਟ ਕੇ ਨਾ ਮਰੋੜ ਵੈਰੀਆ ਲੱਕ ਟੁੱਟ ਜੂ ਚਲੀ ਦਾ ਟਾਂਡਾ ਘੁੱਟ ਕੇ ਨਾ ਮਰੋੜ ਵਰਦੀ ਆ ਲੱਗਦੇ ਹੋਏ ਜ਼ੋਰ ਜਵਾਨੀ ਮਿਲੋ ਮਿਹਣੀ ਹੋਈ ਪਈ ਆ ਆਏ 30 ਸਕਿੰਟਾਂ ਦਾ ਸਮਾਂ ਬੀਤ ਗਿਆ ਪਾਕ ਮੁਹੰਮਦ ਨਵਾਸ ਮਾਜੂ ਦਾ ਪਾਕ ਬੰਦੇਸ਼ਾ ਕਬੱਡੀ ਕਲੱਬ ਦਾ ਜੀ ਚੱਲ ਫਰਾਸ ਚੀਮਾ
चौधरी असफ साहब वालों और जवेर सौतरे साहब वालों जी 1000 रुपया नमाज बाजू वास्ते राम भेजा गया जी, हौसला अफजाई का शुक्रिया। चल इकरार संघेड़ा हल्का जहा चुकन की कोशिश की थी फड़ने की पर कामयाब नहीं हो सकिया, पॉइंट हो गया। एक बार फिर चल जवाना राणा आती कहते पुत्र हटाते नहीं बिकते कि लभदी फिरे बाजार कुड़े, सौदा नकद भी नहीं मिलता तू लभदी फिरे उधार कुड़े। हाजी सनाउ लाख बन साहब उम्मीदवार चेयरमैन यूनियन कौंसल, उन्होंने 5000 तो नाम डबल करते हुए बेहतरीन इंतजाम वास्ते इंतजामिया कमेटी वास्ते 10000 रुपया देने का ऐलान किया। अल्लाह करे जी फटाफट चेयरमैन बनो, साड़िया दुआवां तुहाडे नाल है जी। वेल डन जी। बाबा मोदी वाली सरकार का फैज है नदीम जियो जी नहीं बट आए हाय 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 पॉइंट नहीं बटना जी। वेल डन जी, बगला भरिया बहुत ही खूबसूरत पॉइंट दिया। अज कहते फैज मोतियां वाली सरकार का है, आया आया दर ते कुल जहान वेखो, अज शहीन ते बंदेशे का टाकरा है, इस मैच की वक्री शान वेखो, जहांगीर के मेले में खेड कौडी और रल के विच मैदान वेखो, जुसे वांग शहेरा दे जापदे ने, सोने देश पंजाब की शान वेखो, सहज देश पंजाब की खेड कौडी, अज खेड का कुल जहान वेखो, अज खेड का कुल जहान वेखो। चल साधु का जट जियो हल्का जहा चुकया वेखो किन करता टच, साधु का जट कहते एवं नहीं ग्राउंडा में नाम बोलते कितिया ने मेहनत काम बोलते जियो जाना जी शबाज इला तो साधु का जट पॉइंट साधु का जट का। वेल डन वेल डन। चल मोहम्मद वकास भट्ट जियो मोहम्मद वकास भट्ट इंटरनेशनल कबड्डी प्लेयर कहते पाकिस्तान की जदों भी गल हो नाम आवे इन्हों का झट यारो खेड बावा बाज कबड्डी पूंजते ने आ वडियाई आप ही गए ने खट यारो जियो जवाना उच्चा कल वाए मुशरफ जो है जंजुआ तो वकास भट्ट मुशरफ जंजुआ तो वकास भट्ट मुशरफ जंजुआ तो वकास भट्ट लगती हुई कैंची लगते हुए जफ्फे पई हुई कैंची फस गई जान शिकंजे अंदर जो बिल्डे दे विच गन्ना रो रुका हूं रो मोहम्मद हुन रवे ते मंदा रो रुका हूं रो मोहम्मद हुन रवे ते मंदा जी जाना जी राग करीन जाफिया जरा किसी वेले भी खेल का पांच सौ पलट सकता जी। वेल डन ला जी जी 15-15 पॉइंट एक बार फिर बराबर आए हाय 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 जियो जाना जी कहना मैच कबड्डी का अज होना दौड़े फड़कन मुंडिया के चल भी राणा आती दो नंबर तो लगा मलिक राशद कुछ खुचन की कोशिश की लगते हुए जोर मलिक राशद से दो नंबर तो खुच पट्टी थी लेकिन राणा आती पॉइंट लैन के कामयाब हो गया। जनाब दिलवा चीमा साहब बंदा दो नंबर तो लगा सी कहते दो नंबर का बंदा भी माड़ा तो दो नंबर का धंधा भी माड़ा। वेल डन। चल फराज चीमा पई हुई पुट्ठी आए हाए 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 कहते साढ़े हाथ चीन की कंध जी मजबूती नहीं जब पुट्ठी पै जाए रेडर ये तो वध कोई गल कसूती नहीं ये तो वध कोई गल कसूती नहीं जी और ज्वाला जी पई हुई कैंची आए हाए हाए हाए। वेल डन। बहुत ही खूबसूरत जफा लाया होया जी ओए। वेल डन जी वेल डन आए जी और ज्वाला जी आए मुजम्मल इमरान आए मुजम्मल इमरान दिन मिट्टी दे दिन छुट्टी दे रह गए थोड़े जियो जवाना जी। वेल डन। जल भाई बिलाल मोसन ढिलो जियो जवाना जी मतलूब अली मतलूबा लग्या होया बगला भरिया खुच पट्टी लगते हुए जफ्फे आए हाय 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 पॉइंट पॉइंट जी पॉइंट हाँ जी। वेल डन जी बहुत ही अच्छा कहना मुंह माड़ी होंगी यारो यारी बकार रहमतुल्ला अलैह दे दरबार से सजिया होया मेला राणा आती चल जवाना वेख के नूं करदा टचर नहीं बट सोना मुंडा पट्टा ला नहीं आए चल चल राणा आती गुथम गुथा
ਸੁਬਾ ਹੋ ਗਏ, ਵੱਜ ਗਿਆ ਲਲਕਾਰਾ, ਜੀਓ ਜਵਾਨਾਂ ਜੀ, ਜਵਾਨਾਂ ਨੂੰ ਮਾਣ ਜਵਾਨੀ ਦਾ, ਚੱਲ ਜਵਾਨਾਂ ਪਿੰਡ ਵਿੱਚ ਸ਼ੋਰ ਹੋਇਆ, ਓਏ ਹੋਏ ਹੋਏ ਹੋਏ, ਜੀਓ ਜਵਾਨਾਂ ਜੀ, ਭਰੀਆਂ ਹੋਈਆਂ ਬਗਲਾ, ਵੱਜਦੀ ਹੋਈ ਕੈਂਚੀ, ਤੇ ਪੀਐਸ ਕੈਂਡਾ ਦਾ ਸਮਾਂ ਟਕ ਟਕ ਕਰਕੇ ਬੀਤ ਗਿਆ। ਜੀਓ ਜਵਾਨਾਂ ਜੀ, ਵੈਲ ਡਨ। ਚੱਲ ਜਾਬਰ ਕੰਬੋ ਜੀ, ਉਹ ਜਾਬਰ ਕੰਬੋ ਤੋਂ ਮੁਸ਼ਰਫ ਜੰਜੂਆ, ਚਿੱਟੇ ਰੰਗ ਦਾ ਕੱਛਾ ਤੇ ਨੀਲੇ ਰੰਗ ਦੀਆਂ ਧਾਰੀਆਂ, ਜਾਬਰ ਕੰਬੋ। ਚੱਲ ਜਵਾਨਾ, ਇੱਕ ਪਾਸੇ ਜਵਾਨੀ ਤੇ ਇੱਕ ਪਾਸੇ ਤਜਰਬਾ, ਚਿੱਟੀ ਚਾਦਰ ਲਾ ਸੁੱਟ ਕੁੜੀਏ ਤੇ ਪਹਿਣ ਫਕੀਰਾਂ ਵਾਲੀ ਲੋਈ, ਚਿੱਟੀ ਚਾਦਰ ਨੂੰ ਦਾਗ ਹਜ਼ਾਰਾਂ ਤੇ ਲੋਈ ਨੂੰ ਦਾਗ ਨਾ ਕੋਈ, ਇੱਕ ਵਾਰੀ ਅਠਾਰਾਂ ਅਠਾਰਾਂ ਬਰਾਬਰ। ਚੱਲ ਬਿਲਾਲ ਬੋਸਨ ਢਿੱਲੋਂ, ਗੋਲਡਨ ਬਿਲਾਲ ਬੋਸਨ ਢਿੱਲੋਂ, ਇੰਟਰਨੈਸ਼ਨਲ ਕਬੱਡੀ ਪਲੇਅਰ ਆ। ਦੂਸਰੇ ਪਾਸੇ ਜਹਾਂਗੀਰ ਦੇ ਨੌਜਵਾਨ ਜਾਫੀ, ਦੋ ਨੰਬਰ ਤੋਂ ਇੱਕ ਵਾਰੀ ਫੇਰ ਓਏ ਹੋਏ ਲੱਗਿਆ ਰਾਸ਼ਦ ਮਲਿਕ, ਲੱਕ ਫੜਿਆ ਮੇਰੇ ਲੱਕ ਨੂੰ ਚਿਮੜਦਾ ਜਾਵੇ ਨੀ ਭਾਬੀ, ਸੋਹਣਾ ਮੁੰਡਾ ਗਿੱਲੂ ਵਰਗਾ, ਗੋਲਡਨ ਖੂਬਸੂਰਤ ਜੱਫਾ ਲਾਇਆ, ਗੋਲਡਨ ਜੀ। ਚੱਲ ਰਹੀ ਫਰਾਸ ਚੀਮਾ, ਚੱਲ ਫਰਾਸ ਚੀਮਾ, ਫਰਾਸ ਚੀਮਾ, ਵਲਡਨ ਜੀ। ਚੌਧਰੀ ਮੁਹੰਮਦ ਅਲੀ ਸਿਆਣ ਸਾਹਿਬ, ਅਹਿਲੇ ਦੇ ਜਹਾਂਗੀਰ ਵਾਲਿਆਂ ਨੂੰ ਸਲਾਮ, ਜਹਾਂਗੀਰ ਕਿਲਾ ਵਾਲਿਆਂ ਨੂੰ, ਔਰ ਬਾਬੇ ਮੋਤੀ ਵਾਲੀ ਸਰਕਾਰ ਰਹਿਮਤੁੱਲਾ ਅਲੈਹ ਦਾ ਸਜਿਆ ਹੋਇਆ ਅੱਜ ਵੇਲਾ, ਅੱਜ ਇਹ ਦੱਸਦਾ ਪਿਆ ਹੈ, ਕਹਿੰਦੇ ਖੁਸ਼ਕਿਸ਼ ਜਿੰਨਾ ਕਦਰ ਦਾ ਮੇਰਾ ਤੇ ਸਾਹਿਬ ਨੂੰ ਵਡਿਆਈਆਂ, ਮੈਂ ਗਲੀਆਂ ਦਾ ਰੂੜਾ ਕੂੜਾ ਤੇ ਮਹਿਲ ਚੜਾਇਆ ਸਾਈਆਂ। ਚੱਲ ਸਾਧੂਲਾ ਜੱਟ, ਵੈਲਡਨ ਜੀ ਸਾਧੂਲਾ ਜੱਟ, ਚਾਰ ਜਾਫੀ, ਵੇਖੋ ਕਿਹਦੇ ਨਾਲ ਹੁੰਦੀ ਟੱਕਰ, ਸਾਧੂਲਾ ਜੱਟ, ਫਿਰ ਰਾਸ਼ਦ ਮਲਿਕ ਲੱਗਾ ਦੋ ਨੰਬਰ ਤੋਂ, ਗਿੱਟਾ ਫੜਿਆ ਗਿਆ, ਬਗਲ ਭਰੀ, ਫਿਰ ਲੱਕ ਫੜਿਆ, ਆਏ ਹਾਏ ਹਾਏ ਹਾਏ, ਲੱਕ ਟੁੱਟ ਜੂ ਚਰੀ ਦਾ ਟਾਂਡਾ, ਘੁੱਟ ਕੇ ਨਾ ਮਰੋੜ ਵੈਰੀਆ, ਲੱਕ ਟੁੱਟ ਜੂ ਚਰੀ ਦਾ ਟਾਂਡਾ, ਘੁੱਟ ਕੇ ਨਾ ਮਰੋੜ ਵੈਰੀਆ। ਖੂਬਸੂਰਤ ਪੁਆਇੰਟ ਰਾਸ਼ਦ ਮਲਿਕ ਦਾ, ਵੈਲਡਨ ਜੀ। ਚੱਲ ਸ਼ਹਿਰਾਮ ਸਾਜਿਦ ਪੱਟੋ ਜੀ, ਉਹ ਜਵਾਨਾ ਜੀ, ਸ਼ਹਿਰਾਮ ਸਾਜਿਦ ਪੱਟੋ, ਮੁਜ਼ੰਮਲ ਇਮਰਾਨ ਛੋਟਾ ਮਾਨਾ ਇਸ ਨੌਜਵਾਨ ਨੂੰ ਕਹਿੰਦੇ ਆ, ਫਰਾਸ ਚੀਮਾ ਨੂੰ ਬੜਾ ਖੂਬਸੂਰਤ ਇਸ ਨੇ ਜੱਫਾ ਮਾਰਿਆ ਸੀ, ਜੀ ਓ ਜੀ ਆਏ ਪੱਟੋ, ਕਹਿੰਦੇ ਜੀ ਓ ਜਵਾਨਾ ਜੀ, ਜਿੱਥੇ ਮਾਈਆ ਪੱਬ ਧਰਦਾ ਉੱਥੇ ਉਗਦਾ ਸਰੂ ਦਾ ਬੂਟਾ, ਅੱਗ ਲਾਣੀ ਮਹਿਲਾਂ ਨੂੰ ਭੁੱਲੀ ਯਾਦ। ਵੈਲਡਨ ਜੀ, ਵੈਲਡਨ ਇਰਫਾਨ ਮਾਨਾ ਜੀ, ਮੈਂ ਮਜਬੂਰ ਹੋ ਕੇ ਐਲਾਨ ਕਰਦਾ ਕਿ ਸਾਰੀ ਦੁਨੀਆ ਮੈਨੂੰ ਬਾਰ ਬਾਰ ਕਹਿੰਦੀ ਹੈ ਕਿ ਇਰਫਾਨ ਮਾਨੇ ਦੀ ਇੱਕ ਕੌਡੀ ਪਵਾ ਦਿਓ ਜੀ, ਜੇ ਤੁਸੀਂ ਚਾਹੁੰਦੇ ਹੋ ਮਾਨਾ ਕੌਡੀ ਪਾ ਦਿਓ, ਤਾੜੀ ਮਾਰ ਕੇ ਦੱਸੋ, ਇਰਫਾਨ ਮਾਨਿਆ ਪਾ ਦੇਵੇ ਇੱਕ ਕੌਡੀ, ਪੂਰਾ ਇਲਾਕਾ ਕਹਿੰਦਾ ਪਿਆਰ ਔਰ ਮੁਹੱਬਤ ਕਰਦਾ, ਉਹਨਾਂ ਦੀ ਮੁਹੱਬਤ ਦੀ ਲਾਜ ਰੱਖਦਾ ਹੋਇਆ ਕੌਡੀਆਂ ਇੱਕ ਦੋ ਪਾ ਦਿਓ। ਚੱਲ ਜਾਣਾ ਜਾਬਰ ਕੰਬੋ, ਚੱਲ ਜਾਣਾ ਜੀ, ਓ ਜਾਣਾ ਸ਼ਬਾਜ਼ ਇਲਾ, ਸ਼ਬਾਜ਼ ਇਲਾ ਤੇ ਬਿਲਾਲ ਮੋਸਨ ਢਿੱਲੋਂ, ਆਏ ਹਾਏ 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 ਹਾਏ, ਕਹਿੰਦੇ ਰਾਸ਼ਦ ਮਲਿਕ ਪੰਜਾਬ ਦਾ ਮਾਣ ਸੋਹਣਾ, ਜਿਹਨੂੰ ਵੇਖਿਆ ਸੀਨਾ ਠਰ ਜਾਂਦਾ, ਬਿਲਾਲ ਮੋਹਸਨ ਜਦੋਂ ਆਵੇ ਰੇਡ ਉੱਤੇ, ਜਾਫੀ ਜਿੰਨ ਵੀ ਹੋਵੇ ਭਾਵੇਂ ਡਰ ਜਾਂਦਾ। ਇੰਤਜ਼ਾਮੀਆ ਕਮੇਟੀ ਦਾ ਸਜਾਇਆ ਹੋਇਆ ਮੇਲਾ, ਚੱਲ ਵੀ NLC ਟਰਾਲਾ ਤੇ ਸੁਜ਼ੂਕੀ ਕਾਰ, ਜੀ ਓ ਜਵਾਨਾ ਜੀ, ਵੈਲਡਨ ਜੀ, ਬਿਹਤਰੀਨ ਇੰਤਜ਼ਾਮ ਕੀਤੇ ਚੌਧਰੀ ਮੁਹੰਮਦ ਅਲੀ ਸਿਆਣ, ਚੌਧਰੀ ਖਾਲਦ ਮਹਿਮੂਦ ਜੱਟ, ਸ਼ਹੀਦ ਪਹਿਲਵਾਨ, ਵੈਲਡਨ ਜੀ। ਜੀ ਓ ਜਵਾਨਾ ਜੀ, ਬਗਲ ਭਰੀ ਮਤੂਬ ਅਲੀ, ਆਏ ਹਾਏ 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 ਹਾਏ, ਵੈਲਡਨ ਜੀ, ਇੰਤਜ਼ਾਮੀਆ ਕਮੇਟੀ ਮੁਬਾਰਕਬਾਦ ਦੀ ਮੁਸਤਹਿਕਾ। ਚੱਲ ਜਵਾਨਾ ਸ਼ਹਿਰਾਮ ਸਾਜਿਦ ਭੱਟੋ, ਲੈ ਵੀ ਜਿਹਨੂੰ ਭੱਟੋ ਦੀ ਕੌਡੀ ਪਸੰਦ ਹੈ ਇੱਕ ਵਾਰੀ ਤਾੜੀ ਮਾਰ ਕੇ ਦੱਸੋ, ਜੀ ਓ ਭੱਟੋ ਜੀ, ਆਏ ਸ਼ਹਿਰਾਮ ਸਾਜਿਦ ਭੱਟੋ ਜੀ, ਆਏ, ਕਹਿੰਦਾ ਜੁੱਤੀ ਖੱਲ ਦੀ ਮਰੋੜਾ ਨਹੀਂ ਉਹ
ਚੱਲ ਦੀ ਬੱਲੇ ਬੱਲੇ ਟੋਰ ਪੰਜਾਬਣ ਦੀ ਬੱਲੇ ਬੱਲੇ ਟੋਰ ਪੰਜਾਬਣ ਦੀ ਮੁੱਖ ਮਹਿਮਾਨਾਂ ਨਾਲ ਸਜਿਆ ਹੋਇਆ ਸਟੇਜ ਪੱਕਾ ਸ਼ਿਮਲੇ ਵਾਲੀਆ ਖੂਬਸੂਰਤ ਅੰਦਾਜ਼ ਚੱਲ ਸਾਦੁੱਲਾ ਸਾਦੁੱਲਾ ਪਾਕ ਬੰਡੀ ਇੰਟਰਨੈਸ਼ਨਲ ਵਿੱਚ ਤਜਰਬਾ ਰੱਖਦਾ ਇੰਡੀਆ ਹਰਿਆਣਾ ਔਰ ਪੰਜਾਬ ਦੇ ਵਿੱਚ ਬਿਹਤਰੀਨ ਮੈਦਾਨ ਖੇਲ ਕੇ ਆਇਆ ਲੇਕਿਨ ਫਜ਼ਲ ਹੱਕ ਗੁੱਜਰ ਦਾ ਇਸ਼ਾਰਾ ਆਏ ਆਏ ਹਾਏ ਹਾਏ ਜੀ ਅਜਾਨਾ ਜੀ ਜਿੱਥੇ ਮਾਈਆ ਪੱਪ ਧਰਦਾ ਉੱਥੇ ਉੱਗਦਾ ਸਰੂ ਦਾ ਬੂਟਾ ਅੱਗ ਲਾਣੀ ਮਹਿਲਾਂ ਨੂੰ ਭੁੱਲੀ ਸ਼ਾਹ ਦੀ ਸੁਰਗ ਦਾ ਝੂਟਾ ਹਾਂਜੀ ਜਨਾਬ ਮੁੱਖ ਮਹਿਮਾਨਾਂ ਦੇ ਨਾਮ ਬਸ਼ੀਰ ਸ਼ਾਹ ਸਾਹਿਬ ਜਨਾਬ ਦਿਲਵਾਸ ਚੀਮਾ ਸਾਹਿਬ ਕਹਿੰਦੇ ਚੜ੍ਹਦੇ ਸੂਰਜ ਢਲਦੇ ਵੇਖੇ ਦੂਜੇ ਦੀਵੇ ਬਲਦੇ ਵੇਖੇ ਹੀਰੇ ਦਾ ਕੋਈ ਮੁੱਲ ਨਾ ਤਾਰੇ ਖੋਟੇ ਸਿੱਕੇ ਚੱਲਦੇ ਵੇਖੇ ਉਹਦੀ ਰਹਿਮਤ ਦੇ ਨਾਲ ਬੰਦੇ ਬਾਬੇ ਮੋਦੀ ਵਾਲੀ ਸਰਕਾਰ ਦੀ ਰਹਿਮਤ ਦੇ ਨਾਲ ਬੰਦੇ ਪਾਣੀ ਉੱਤੇ ਚੱਲਦੇ ਵੇਖੇ ਜਿਨ੍ਹਾਂ ਦਾ ਦੁਨੀਆਂ 'ਤੇ ਵੀ ਕੋਈ ਨਹੀਂ ਉਹ ਪੁੱਤਰ ਵੀ ਪਲਦੇ ਵੇਖੇ ਲੋਕੀ ਕਹਿੰਦੇ ਦਾਲ ਨਹੀਂ ਗੱਲ ਦੀ ਮੈਂ ਤੇ ਪੱਥਰ ਵੀ ਗੱਲਦੇ ਵੇਖੇ ਜਿਹਨਾਂ ਕਦਰ ਨਾ ਕੀਤੀ ਯਾਰ ਵੀ ਬੁੱਲਿਆ ਉਹ ਖਾਲੀ ਹੱਥ ਮਲਦੇ ਵੇਖੇ ਉਹ ਖਾਲੀ ਹੱਥ ਮਲਦੇ ਵੇਖੇ ਮਿਹਰਬਾਨੀ ਜਨਾਬ ਬਾਬਾ ਅਲੀ ਅਕਬਰ ਸਰਕਾਰ ਅਲੋਕ ਮਿੱਠੇ ਮਿੱਠੇ ਪੰਜਾਬੀ ਬੋਲਾਂ ਤੋਂ ਖੁਸ਼ ਹੋ ਕੇ ਜੀ ਮਾਨ ਸਨਮਾਨ ਜਨਾਬ ਸ਼ਹਿਜ਼ਾਦਾ ਸਲੀਮ ਸਾਹਿਬ ਵੱਲੋਂ ਔਰ ਵੈਲਡਨ ਜੀ ਤਮਾਮ ਮਹਿਮਾਨਾਂ ਵੱਲੋਂ ਹੌਸਲਾ ਅਫਜ਼ਾਈ ਦਾ ਸ਼ੁਕਰੀਆ ਜੀ ਜਾ ਵੀ ਸਕਦੇ ਹਾਂਜੀ ਜਨਾਬ ਸੈਯਦ ਬਸ਼ੀਰ ਸ਼ਾਹ ਸਾਹਿਬ ਇਲਾਕੇ ਦੀ ਸਿਆਸੀ ਸਮਾਜੀ ਮਾਰੂਫ ਸ਼ਖਸੀਅਤ ਜਿੱਥੋਂ ਮਰਜ਼ੀ ਪੂਰੇ ਪਾਕਿਸਤਾਨ 'ਚੋਂ ਪੁੱਛ ਲਓ ਜੀ ਬਸ਼ੀਰ ਸ਼ਾਹ ਸਾਹਿਬ ਫੌਰੀ ਕਹਿ ਦਿੰਦੇ ਜੀ ਜਹਾਂਗੀਰ ਵਾਲੇ ਅਤੇ ਮਿਹਰਬਾਨੀ ਜਨਾਬ ਤਸ਼ਰੀਫ ਅਹਿਮਦ ਦਾ ਸ਼ੁਕਰੀਆ ਹੈ ਚੱਲ ਨਹੀਂ ਫੱਟ ਅਤੇ ਰਾਣਾ ਆਤੀ ਹਾਏ 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 ਫਿਰ ਇੱਕ ਵਾਰੀ ਮੁਕਾਬਲਾ ਹੋ ਗਿਆ ਸਾਹਮਣੇ ਖਾਮ ਖਾ ਹੋ ਗਏ ਗੁੱਥਮ ਗੁੱਥਾ ਹੋ ਗਏ ਦੋਨੋਂ ਅਤੇ ਵੱਜ ਗਿਆ ਲਲਕਾਰਾ ਹੁਣ ਤਾਂ ਨੰਬਰ ਉਹਨੇ ਖੜਨਾ ਜਿਹੜਾ ਹੋ ਜਾਨ ਵਿੱਚ ਭਾਰਾ ਨਹੀਂ ਬਟ ਤੇ ਰਾਣਾ ਆਤੀ ਨਹੀਂ ਬਟ ਤੇ ਰਾਣਾ ਆਤੀ ਗੱਲਾਂ ਕਰਦੀਆਂ ਸੌਖੀਆਂ ਅਤੇ ਔਖੇ ਪਾਲਣ ਬੋਲ ਮੈਂ ਹਾੜਾ ਪਾਣੀ ਆ ਰੱਬ ਦਾ ਤੂੰ ਘੋੜੀ ਹੈਗਾ ਨੂੰ ਟੋਲ ਤੂੰ ਘੋੜੀ ਹੈਗਾ ਨੂੰ ਟੋਲ ਖੂਬਸੂਰਤ ਪੁਆਇੰਟ ਹਾਸਿਲ ਕੀਤਾ ਗਾਰਡਨ ਜੀ ਇੰਤਜ਼ਾਮੀਆ ਕਮੇਟੀ ਚੌਧਰੀ ਬਸ਼ੀਰ ਜੱਟ ਚੌਧਰੀ ਅਨਸਰ ਸਿਆਨ ਚੌਧਰੀ ਮੁਹੰਮਦ ਅਲੀ ਸਿਆਨ ਚੌਧਰੀ ਖਾਲਦ ਮਹਿਮੂਦ ਜੱਟ ਔਰ ਜਨਾਬ ਚੌਧਰੀ ਮੁਹੰਮਦ ਅਰਸ਼ਦ ਖੂਈ ਵਾਲੇ ਔਰ ਜਨਾਬ ਸਹੀਦ ਪਹਿਲਵਾਨ ਇੰਤਜ਼ਾਮੀਆ ਕਮੇਟੀ ਨੇ ਦਿਨ ਰਾਤ ਮਿਹਨਤ ਕਰਕੇ ਇਹ ਮੇਲਾ ਸਜਾਇਆ ਮੁਸ਼ਰਫ ਜਵੇਦ ਜੰਝੂਆ ਹਾਏ 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 ਕੋਈ ਗੱਲ ਨਹੀਂ ਕਹਿੰਦੇ ਜਵਾਨੀ ਢਲ ਗਈ ਹੈ ਬਾਬਾ ਜੀ ਬਸ਼ੀਰ ਸ਼ਾਹ ਸਾਹਿਬ ਕਹਿੰਦੇ ਇਹ ਜਵਾਨੀ ਚਾਰ ਦਿਹਾੜੇ ਅਤੇ ਸ਼ਹਿਦ ਗੁੜੇ ਤੋਂ ਮਿੱਠੀ ਆਈ ਜਵਾਨੀ ਹਰ ਕੋਈ ਵੇਖੇ ਅਤੇ ਗਈ ਜਵਾਨੀ ਕਿਸੇ ਨਾਲ ਡਿੱਠੀ ਇਸ਼ਕ ਆਲਮਾ ਤਾਜ਼ਾ ਰਹਿੰਦਾ ਭਾਵੇਂ ਦਾੜੀ ਹੋ ਜਾਏ ਚਿੱਟੀ ਚੱਲ ਚੱਲ ਬਿਲਾਲ ਮੋਸਨ ਹਾਏ 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 ਲੱਗਦਾ ਹੋਇਆ ਜੱਫਾ ਫੜਿਆ ਹੋਇਆ ਲੱਕ ਹਾਂਜੀ ਫਜ਼ਲਿਆ ਗੁੱਜਰ ਦਾ ਕੀ ਇਸ਼ਾਰਾ ਜੀ ਹਾਂਜੀ ਕੋਈ ਗੱਲ ਨਹੀਂ ਕੱਲ ਜਾਬਰ ਕੰਬੋ ਵਰਲਡਨ ਜੀ ਨੌਜਵਾਨ ਖਿਲਾੜੀ ਆ ਲਾਲਾ ਕਰਮ ਕੰਬੋ ਦਾ ਸ਼ਗਿਰਦਾ ਐਸ ਵਾਲੀ ਪਾਕਿਸਤਾਨ ਦਾ ਚੜ੍ਹਦਾ ਹੋਇਆ ਸੂਰਜ ਆ ਔਰ ਇਸ ਨੌਜਵਾਨ ਦਾ ਨਾਮ ਵਰਲਡ ਕੱਪ ਕਬੱਡੀ ਟੀਮ ਦੇ ਵਿੱਚ ਵੀ ਹੈਗਾ ਜਾਬਰ ਕੰਬੋ ਅਤੇ ਮੁਸ਼ਰਫ ਜਮਨੂਰ ਜੰਝੂਆ ਕਹਿੰਦਾ ਇੱਕ ਸਰਫੀ ਬਾਠਾਂ ਦਾ ਆਏ ਹਾਏ 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 ਇੱਕ ਸਰਫੀ ਬਾਠਾਂ ਦਾ ਲਾਲਾ ਜੱਫਾ ਗਰਮੀ ਖਾ ਕੇ ਸਿੰਘ ਫਸਲੇ ਕੁੰਡੀਆਂ ਦੇ ਤੂੰ ਬਹਿ ਜਾ ਮਿੱਤਰਾ ਗੋਡੀ ਲਾ ਕੇ ਬਹਿ ਜਾ ਮਿੱਤਰਾ ਗੋਡੀ ਲਾ ਕੇ ਚੱਲ ਕੋਈ ਗੱਲ ਨਹੀਂ ਛੋਟੀ ਮੋਟੀ ਤਕਰਾਰ ਹੋ ਜਾਂਦੀ ਆ ਉਹਦੇ ਵਿੱਚ ਕਹਿੰਦੇ ਮੈਚ ਕਬੱਡੀ ਦਾ ਬਾਬਾ ਜੀ ਅਕਬਰ ਜੀ ਕਹਿੰਦੇ ਮੈਚ ਕਬੱਡੀ ਦਾ ਅੱਜ ਹੋਣਾ ਡੋਲੇ ਫੜਕਣ ਮੁੰਡਿਆਂ ਦੇ ਸਭ ਨੇ ਹਿੱਕ ਦਾ ਜ਼ੋਰ ਅੱਜ ਲਾਣਾ ਭੇਡ ਚੱਲ ਹੋਣੇ ਸਾਨਾਂ ਦੇ ਫੜ ਕੇ ਵੇਖੂ ਕੁੱਲ ਜ਼ਮਾਨਾ ਬਾਬਾ ਮੋਦੀਆਂ ਵਾਲੀ ਸਰਕਾਰ ਵਾਲਾ ਕੱਪ ਉਹੀਓ ਚੁੱਕਣਗੇ ਜਿਨ੍ਹਾਂ ਦੇ ਡੋਲਿਆਂ ਪਟਾਂ ਵਿੱਚ ਜਾਣਾ ਜਿਨ੍ਹਾਂ ਦੇ ਡੋਲਿਆਂ ਪਟਾਂ ਵਿੱਚ ਜਾਣਾ ਮਿਹਰਬਾਨੀ ਜਨਾਬ ਹਾਂਜੀ ਸੈਯਦ ਬਸ਼ੀਰ ਸ਼ਾਹ ਸਾਹਿਬ ਵੱਲੋਂ ਜੀ ਹਾਂਜੀ 500 ਰੁਪਏ ਦਾ ਮਾਨ ਸਨਮਾਨ ਜੀ ਹੌਸਲਾ ਅਫਜ਼ਾਈ ਦਾ ਸ਼ੁਕਰੀਆ ਜਨਾਬ ਸੈਯਦ ਬਸ਼ੀਰ ਸ਼ਾਹ ਸਾਹਿਬ ਇਲਾਕੇ ਦੀ ਸਿਆਸੀ ਸਮਾਜੀ ਸ਼ਖਸੀਅਤ ਚੱਲ ਆਏ ਹਾਏ ਹਾਏ ਮਿਹਨਤਾਂ ਤਾਂ ਬੋਲਦੇ
ਰੈਸਕਿਊ 1122 ਵਾਲਾ ਜੀ, ਇਹ ਖਿਡਾਰੀ ਇੱਕ ਸਾਡਾ ਜ਼ਖਮੀ ਹੋਇਆ, ਉਹਨੂੰ ਜ਼ਰਾ ਚੈੱਕ ਕਰਿਓ ਮਿਹਰਬਾਨੀ। ਰੈਸਕਿਊ 1122 ਹਾਂਜੀ, ਬਹੁਤ ਮਸ਼ਹੂਰ ਆ ਅਸੀਂ ਹਮਲਾ ਪੰਜਾਬ ਪੁਲਿਸ 'ਤੇ, ਉਹਨਾਂ ਨੇ ਵੀ ਸਾਡਾ ਭਰਪੂਰ ਕਵਰ ਕੀਤਾ ਔਰ ਸਿਕਿਉਰਿਟੀ ਦੇ ਬਿਹਤਰੀਨ ਇੰਤਜ਼ਾਮਾਤ ਕੀਤੇ ਔਰ ਰੈਸਕਿਊ 1122 ਨੇ ਵੀ ਬਿਹਤਰੀਨ ਇੰਤਜ਼ਾਮਾਤ ਕੀਤੇ। ਵੈਲ ਡਨ ਜੀ, ਰੈਸਕਿਊ 1122 ਔਰ ਹਮਲਾ ਪੰਜਾਬ ਪੁਲਿਸ ਦੇ ਇੰਤਜ਼ਾਮੀਆ ਕਮੇਟੀ ਵੱਲੋਂ ਬਹੁਤ ਮਸ਼ਹੂਰ ਆ। ਵੇਖੀ ਭੱਟੀ ਇੱਕ ਵਾਰੀ ਪਾਣੀ ਲੈਣ ਦੇ ਵਿੱਚ ਕਾਮਯਾਬ ਹੋ ਗਿਆ ਜੀ। ਫਿਰ ਹਾਂ, ਸਾਡੇ ਨੌਜਵਾਨ ਖਿਡਾਰੀ ਦੀ ਉਂਗਲ 'ਤੇ ਜ਼ਰਾ ਚੋਟ ਲੱਗੀ ਹੈ, ਦੇਖੋ ਜੀ। ਅੱਲਾ ਪਾਕ ਸਾਰੇ ਖਿਡਾਰੀਆਂ ਨੂੰ ਮਹਿਫੂਜ਼ ਰੱਖੇ। ਸ਼ਹਿਰਾਮ ਸਾਜਦ ਭੱਟੋ ਜੀਓ ਭੱਟੋ ਜੀ, ਚਾਰ ਜਾਫੀ ਆਸਫ, ਬੌਲਾ ਮੁਸ਼ਰਫ ਜਵੇ ਜੰਜੂਆ, ਆਜ ਮੁਜ਼ੰਮਲ ਇਮਰਾਨ ਅਤੇ ਇਕਰਾਰ ਸੰਘੇੜਾ ਟੱਚ ਕਰਕੇ ਨੱਚਦਾ ਅਤੇ ਤੱਪਦਾ ਪੁਆਇੰਟ ਲੈਣ ਦੇ ਵਿੱਚ ਕਾਮਯਾਬ ਹੋ ਗਿਆ। ਕਹਿੰਦਾ ਮੈਚ ਕਬੱਡੀ ਦਾ ਵੇਖਣ ਲਈ ਜਿੱਥੇ ਆਏ ਨੇ ਬਣ ਬਣ ਹਾਣੀਆਂ ਦੇ ਮੁਹੰਮਦ ਅਲੀ ਸਿਆਣ ਸਾਹਿਬ, ਕਹਿੰਦੇ ਵੇਖ ਲਓ ਅੱਜ ਮੈਦਾਨ ਅੰਦਰ ਧੁੱਪਾਂ ਮਾਰਦੇ ਨੇ ਪੁੱਤ ਪੰਜਾਂ ਪਾਣੀਆਂ ਦੇ। ਵੈਲਡਨ ਜੀ, ਐਲ ਏ ਜਹਾਂਗੀਰ ਬਹੁਤ ਹੀ ਮੁਬਾਰਕਬਾਦ ਦੇ ਮੁਸਤਹਿਕ ਆ ਕਿ ਉਹਨਾਂ ਨੇ ਬਾਬਾ ਵੈਲਡਨ ਜੀ ਮੋਦੀ ਵਾਲੀ ਸਰਕਾਰ ਰਹਿਮਤੁੱਲਾ ਨੇ ਦਾ ਮੇਲਾ ਸਜਾਇਆ, ਅੱਜ ਮੇਲੇ 'ਤੇ ਦੂਸਰੀ ਵਾਰੀ ਮੈਚ ਕਰਵਾਇਆ। ਚੱਲ ਵੇ ਨਵਾਜ਼ ਮਾਜੂ ਅਤੇ ਭਰਾਟ ਰਹੀ ਜਵਾਨਾਂ ਨੂੰ ਮਾਣ ਜਵਾਨੀ ਦਾ। ਹਾਏ ਹਾਏ ਹਾਏ, ਜਾਬਰ ਕੰਬੋ ਲੈ, ਜਿਹਨੂੰ ਜਾਬਰ ਕੰਬੋ ਦੀ ਕੌਡੀ ਪਸੰਦ ਆ ਤਾੜੀ ਮਾਰ ਕੇ ਦੱਸੋ। ਅੱਜ ਪਤਾ ਲੱਗ ਜਾਣਾ ਜੀ ਜਿਹੜੇ ਜਹਾਂਗੀਰ ਦੇ ਵਿੱਚ ਕੰਬੋ ਕਿੰਨੇ ਕੁ ਵੱਸਦੇ ਆ ਜੀ। ਵੈਲਡਨ ਜੀ, ਵੈਲਡਨ ਜੀਓ ਜਾਬਰ ਕੰਬੋ, ਇਨਸ਼ਾਅੱਲਾ ਜਿਹੜਾ 22-23-24 ਤਰੀਕ ਨੂੰ ਮੈਲਬੌਰਨ ਆਸਟ੍ਰੇਲੀਆ ਦੇ ਵਿੱਚ ਵਰਲਡ ਕੱਪ ਕਬੱਡੀ ਟੂਰਨਾਮੈਂਟ ਹੋ ਰਿਹਾ, 20 ਰੁਕਨੀ ਪਾਕਿਸਤਾਨੀ ਖਿਡਾਰੀਆਂ ਦਾ ਕੈਂਪ ਲੱਗ ਰਿਹਾ, ਉਸ ਕੈਂਪ ਦੇ ਵਿੱਚ ਜਾਬਰ ਕੰਬੋ ਦਾ ਵੀ ਨਾਮ ਸ਼ਾਮਿਲ ਆ ਜੀ। ਮੁਸ਼ਰਫ ਜੰਜੂਆ ਵੀ ਉਹਦੇ ਵਿੱਚ ਸ਼ਾਮਿਲ ਆ ਔਰ ਸ਼ਹਿਰਾਮ ਸਾਜਦ ਭੱਟੋ ਵੀ ਸ਼ਾਮਿਲ ਆ, ਇਰਫਾਨ ਮਾਨਾ ਵੀ ਸ਼ਾਮਿਲ ਆ, ਰਾਸ਼ਦ ਮਲਕ ਵੀ ਉਹਦੇ ਵਿੱਚ ਸ਼ਾਮਿਲ ਆ। ਇਨਸ਼ਾਅੱਲਾ ਤਾਲਾ ਇਹ ਕਬੱਡੀ ਦਾ ਟੂਰਨਾਮੈਂਟ 22-23-24 ਅਪ੍ਰੈਲ ਨੂੰ ਮੈਲਬੌਰਨ ਆਸਟ੍ਰੇਲੀਆ 'ਚ ਹੋਏਗਾ। ਬਗਲਾ ਭਰੀਆਂ ਵੱਜੀ ਹੋਈ ਕੈਂਚੀ, ਆਏ ਹਾਏ ਹਾਏ ਹਾਏ, ਕਹਿੰਦੇ ਸਫ਼ਰ ਵਾਸਤੇ ਗੱਡੀ ਚੰਗੀ ਰੇਲ ਹੁੰਦੀ ਆ, ਫਿਰ ਲੱਗੀ ਹੋਈ ਕੈਂਚੀ ਸੈਂਟਰ ਜੇਲ ਹੁੰਦੀ ਆ, ਸੈਂਟਰ ਜੇਲ ਹੁੰਦੀ ਆ। ਜਨਾਬ ਚੌਧਰੀ ਫਰਿਆਦ ਅਲੀ ਜੱਟ ਕੋਚ, ਪਾਕਿਸਤਾਨ ਏਅਰਫੋਰਸ ਟੀਮ, ਜਨਾਬ ਚੌਧਰੀ ਸ਼ਹਿਜ਼ਾਦ ਅਲੀ ਢਿੱਲੋਂ ਕੋਚ, SNGAPS ਨੇ ਇਨਸ਼ਾਅੱਲਾ ਬਿਹਤਰੀਨ ਕਬੱਡੀ ਦੀ ਟੀਮ ਤਿਆਰ ਕਰਕੇ ਆਸਟ੍ਰੇਲੀਆ ਭੇਜਣਗੇ, ਸਾਡੇ ਜਿਹੜਾ ਸਾਡੇ ਮੁਲਕ ਵਾਸਤੇ ਵਰਲਡ ਕੱਪ ਜਿੱਤ ਕੇ ਲਿਆਏਗੀ। ਚੱਲ ਜਾਣਾ ਵੈਲਡਨ ਜੀਓ ਜਾਣਾ ਜੀ। ਸ਼ਹਿਰਾਮ ਸਾਜਦ ਭੱਟੋ ਆਏ, ਕਦੀ ਸੱਜੇ ਕਦੀ ਖੱਬੇ ਆਏ, ਆਪ ਭਰਾਟ ਰਹੀ ਭਰਾਟ ਜੀ ਭਰਾਟ ਜੀਓ ਭੱਟੋ ਜੀ। ਮੁੰਡੇ ਦੀ ਉਂਗਲ ਖੜੀ ਪਈ ਦੱਸ ਦਈਏ ਕਿ ਦੁੱਧ ਚੁੰਗੀਆਂ ਬੂਰੀਆਂ ਦਾ, ਚੱਲ ਸਾਧ ਦਾ ਜੱਟ, ਕਹਿੰਦੇ ਪੋਤੀ ਜੱਟ ਦਾ ਤੇ ਜਾਂਦਾ ਹੀ ਮੈਦਾਨਾਂ ਵਿੱਚ ਧੂਣਾ ਪੱਟਦਾ ਜੀ। ਸਾਧੁਲਾ ਜੱਟ ਕਹਿੰਦੇ ਕੌਡੀ ਕੰਮ ਦੀ ਯਾਰ ਬੇਜੁਰਤਿਆਂ ਦਾ, ਚੱਲ ਜਾਣਾ ਸਾਧੁਲਾ ਜੱਟ ਦੀ ਪਈ ਹੋਈ ਕਬੱਡੀ। ਸ਼ਬਾਜ਼ ਹੀਲੇ ਨੇ ਪਕੜਨ ਦੀ ਕੋਸ਼ਿਸ਼ ਕੀਤੀ ਆ, ਗਿੱਟਾ ਫੜਿਆ ਹੋਇਆ, ਬਹੁਤ ਹੀ ਕਾਰੀਗਰ ਔਰ ਬੜਾ ਪੀਟਾ ਕਿਸਮ ਦਾ ਜਾਫੀ ਆ, ਖਾਮ ਖਾ ਹੋਈ ਪਈ ਆ ਦੋਵਾਂ ਦੇ ਦਰਮਿਆਨ, ਮੇਣੋ ਮੇਣੀ ਹੋਈ ਪਈ ਜਵਾਨੀ। ਪੁਆਇੰਟ ਸਾਧੁਲਾ ਦਾ ਜੀ, ਪੁਆਇੰਟ ਸਾਧੁਲਾ ਦਾ, ਪੁਆਇੰਟ ਸਾਧੁਲਾ ਦਾ, ਕਹਿੰਦੇ ਜੀ ਕਬੱਡੀ ਕੰਮ ਨੀ ਯਾਰ ਬੇਜੁਰਤਿਆਂ ਦਾ, ਮੰਦ ਬੰਦਾ ਬਾਜ਼ੀ ਮਾਰ ਜਾਂਦਾ, ਪੀੜਾਂ ਵਿੱਚ ਖਾਧੀਆਂ ਖੁਰਾਕਾਂ ਨੇ ਕੰਮ ਆਉਣਾ, ਖਾਧਾ ਪੀਤਾ ਮੈਦਾਨ ਸਵਾਰ ਜਾਂਦਾ, ਜਿਹੜਾ ਕੋਚ ਉਸਤਾਦ ਦਾ ਚੰਡਿਆ ਏ ਗੱਲ ਆਪਣੀ ਪੀੜੀ ਚ ਲਿਆਰ ਜਾਂਦਾ, ਜਿਹੜਾ ਪੰਜਾਂ ਤੇ ਬਾਰਾਂ ਦਾ ਹੈ ਮੁਨਕਰ ਕੋਟੀ ਕੋਟੀ ਮੈਦਾਨ ਵਿੱਚ ਹਾਰ ਜਾਂਦਾ। ਚੱਲ ਜਾਂਦਾ ਆਏ ਹਾਏ, ਲੱਗੀ ਹੋਈ ਕੈਂਚੀ, ਕਹਿੰਦੇ ਜਦੋਂ ਹੋਵੇ ਬੰਦਾ ਕੈਂਚੀ ਦੇ ਵਿੱਚ ਘੁੱਟਿਆ ਫਿਰ ਉਸ ਵੇਲੇ ਨਹੀਂ ਹੋ ਜਾਂਦਾ ਛੁੱਟਿਆ, ਜੱਫਾ ਚੱਜ ਨਾਲ ਜੇ ਲੱਗ ਜਾਵੇ ਗੰਢ ਪੂਰੀ ਪੂਰੀ ਬੱਜ ਜਾਵੇ ਫਿਰ ਇੱਕ ਪੈਰ ਵੀ ਨਹੀਂ ਹੋ ਜਾਂਦਾ ਪੱਟਿਆ, ਮੁਸ਼ਰਫ ਜਿਵੇਂ ਜੰਜੂਆ ਲਾਉਂਦੀਆਂ ਤਾੜੀਆਂ। ਕਹਿੰਦਾ ਇੱਕ ਸ਼ਰਫੀ ਬਾਠਾ ਦਾ ਨਾਨਾ ਜੱਫਾ ਗਰਮੀ ਖਾ ਕੇ ਸਿੰਘ ਫਸਲੇ ਖੁੰਡੀਆਂ ਦੇ, ਤੂੰ ਬਹਿ ਜਾ ਮਿੱਤਰਾ ਗੋਡੀ ਲਾ ਕੇ। ਵੈਲਡਨ ਜੀ, ਕਬੱਡੀ ਸ਼ਾਨ ਪੰਜਾਬੀਆਂ ਦੀ, ਉਹ ਤਾਂ ਬਹਿ ਜਾਓ। ਚੱਲ ਜੀ, ਚੱਲ ਵੀ ਬਿਲਾਲ ਮੋਸਨ ਢਿੱਲੋਂ ਜੀਓ ਜਵਾਨਾ ਜੀ, ਬਿਲਾਲ ਮੋਸਨ ਢਿੱਲੋਂ ਦੀ ਪਈ ਹੋਈ ਕਬੱਡੀ, ਆਏ ਹਾਏ ਹਾਏ। ਵੈਲਡਨ ਜੀ, ਨਹੀਂ ਬੱਟ ਜੀਓ ਜਵਾਨਾ ਬੱਟ, ਪੋਤੀ ਬੱਟਦਾ ਇੱਕ ਪਾਸੇ ਬੱਟ ਤੇ ਇੱਕ ਪਾਸੇ ਜੱਟ। ਚੱਲ ਵੀ ਬਿਲਾਲ ਮੋਸਨ ਢਿੱਲੋਂ